ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸੁਖ ਧਾਲੀਵਾਲ ਹਾਜ਼ਰ ਹਾਂ ਇੱਕ ਵਾਰ ਫਿਰ ਨਵੀਂ ਜਾਣਕਾਰੀ ਲੈ ਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਵੱਖ ਵੱਖ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ। ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਕਾਫੀ ਆਪਣੇ ਕਿਸੇ ਨੇ ਸ਼ਹਿਦ ਤਿਆਰ ਕੀਤਾ, ਕਿਸੇ ਨੇ ਡਲੀਆ ਤਿਆਰ ਕੀਤਾ, ਅਤੇ ਕਿਸੇ ਨੇ ਅਚਾਰ, ਹੋਰ ਰਾਗੀ ਦਾ ਆਟਾ, ਹੋਰ ਕਈ ਪ੍ਰੋਡਕਟ ਜਿਹੜੇ ਯੂਨੀਵਰਸਿਟੀ ਤੋਂ ਟ੍ਰੇਨਿੰਗਾਂ ਲੈ ਕੇ ਇੱਥੇ ਪਹੁੰਚੇ ਨੇ, ਅਤੇ ਉਹ ਦੇਖਦੇ ਹਾਂ ਸਟਾਲਾਂ 'ਤੇ ਕੀ ਨੇ। ਇਹ ਜਿਹੜੀ ਸਟਾਲ ਹੈ ਕਿਸਾਨ ਹੈਲਥ ਫੂਡ ਵਿਲੇ ਸਾਇਆ ਖੁਰਦ ਤੋਂ ਮੰਡਲੀਆ, ਇਹਨਾਂ ਨੇ ਯੂਨੀਵਰਸਿਟੀ ਟ੍ਰੇਨਿੰਗ ਕਰਕੇ ਸ਼ੁਰੂ ਕੀਤਾ। ਇਹ ਹਰਮਿੰਦਰ ਸਿੰਘ ਦੀ ਸਟਾਲ ਕਿਸਾਨ ਡਲੀਆ, ਆ ਟੇਸਟ ਵਾਸਤੇ ਵੀ ਡਲੀਆ ਰੱਖਿਆ ਇੱਥੇ। ਇੱਥੇ ਤੇਲ ਕਲੋਨਾ ਆਇਲ ਦੇ ਰੱਖਿਆ ਹੋਇਆ, ਸਰ੍ਹੋਂ ਦਾ ਤੇਲ, ਹੋਰ ਬਹੁਤ ਸਾਰੇ ਪ੍ਰੋਡਕਟ। ਰਾਮਪੁਰਾ ਤੋਂ ਆ, ਇੱਥੇ ਹਲਦੀ ਪਾਊਡਰ, ਲਸਣ, ਗਰਮ ਮਸਾਲਾ, ਹੋਰ ਧਨੀਆ ਪਾਊਡਰ, ਕਾਲੀ ਮਿਰਚ, ਹਲਦੀ, ਗਰਮ ਮਸਾਲਾ, ਕਾਫੀ ਸਾਰੇ ਮਸਾਲੇ ਇਸ ਸਟਾਲ 'ਤੇ ਆ। ਬੇਸਣ ਵੀ ਕਲੀਅਰ ਹਨੀ ਬੀ ਫਾਰਮ ਪਟਿਆਲੇ ਤੋਂ ਨੇ, ਇਹ ਸ਼ਾਇਦ ਬਾਈ ਇਹ ਪਟਿਆਲੇ ਤੋਂ ਸਟਾਲ ਲਾਈ ਹੈ ਇਹਨਾਂ ਨੇ। ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਛੋਟੀ ਪੈਕਿੰਗ ਸ਼ਾਇਦ ਦੀ, ਐਕਸਪੋਰਟ ਕੁਆਲਿਟੀ। ਕਲੀਅਰ ਹਨੀ ਗੁਰਦਾਸਪੁਰ ਰੋਡ ਵਿਲੇਜ ਕੋਟਲੀ ਡਿਸਟ ਪਠਾਨਕੋਟ ਤੋਂ ਆ ਸਟਾਲ, ਇਹ ਆਪਦਾ ਸ਼ਾਇਦ ਲੈ ਕੇ ਇੱਥੇ ਸਟਾਲ ਲਾਈ ਹੈ। ਅਤੇ ਮਾਈਕਰੋਫੂਡ ਵੱਲੋਂ ਐਪਲ ਸੀਡਰ ਵਿਨੇਜਰ, ਇਹ ਮਾਈਕਰੋਫੂਡ ਦਾ ਗਲੂਟਨ ਫਰੀ ਆਟਾ, ਇਹ ਨਾਲ ਇੱਥੇ ਇਹਨਾਂ ਦੇ ਬਿਸਕੁਟ ਵੀ ਤਿਆਰ ਕੀਤੇ ਹੋਏ ਆ। ਸ਼ੇਰਗਿੱਲ ਐਗਰੀਕਲਚਰ ਫਾਰਮ ਪਿੰਡ ਮੰਜਾਲ ਖੁਰਦ ਪਟਿਆਲਾ, ਅਤੇ ਇਹਨਾਂ ਦੇ ਪ੍ਰੋਡਕਟ ਇਹ ਰੋਜ਼ ਸ਼ਰਬਤ, ਇਹ ਰੋਜ਼ ਵਾਟਰ, ਜਿਹੜਾ ਯੂਨੀਵਰਸਿਟੀ ਟ੍ਰੇਨਿੰਗ ਲੈ ਕੇ ਇਹਨਾਂ ਨੇ ਪ੍ਰੋਡਕਟ ਤਿਆਰ ਕੀਤਾ ਹੋਇਆ, ਰੋਜ਼ ਸ਼ਰਬਤ, ਐਲੋਵੀਰਾ ਨੈਚੁਰਲ ਜੂਸ ਵੀ ਇੱਥੇ ਅਵੇਲੇਬਲ ਹੈ। ਤੋਂ ਟ੍ਰੇਨਿੰਗ ਲੈ ਕੇ ਆਪਣੇ ਸੈਲਫ ਹੈਲਪ ਗਰੁੱਪ ਦੇ ਲੇਡੀਜ਼ ਨੇ ਆਪਣੀ ਸਟਾਲ ਲਾਈ ਹੋਈ ਹੈ। ਆ ਨੈਕਸਟ ਸਟਾਲ ਜਾਇਕਾ ਪ੍ਰੋਡਕਸ਼ਨ ਦੀ ਆ, ਇੱਥੇ ਚਨਾ ਮਸਾਲਾ, ਕੜੀ ਮਸਾਲਾ, ਨਿਊਟਰੀ ਮਸਾਲਾ, ਮੀਟ ਮਸਾਲਾ, ਰਾਜਮਾ ਮਸਾਲਾ, ਤਵਾ ਫਰਾਈ, ਅੰਬ ਮਸਾਲਾ, ਮਿਰਚ ਮਸਾਲਾ, ਸਾਰੇ ਮਸਾਲੇ ਇੱਥੇ ਅਵੇਲੇਬਲ ਨੇ। ਇਹ ਸਾਰੇ ਤੁਸੀਂ ਇੱਥੇ ਮਸਾਲੇ ਇੱਥੇ ਅਵੇਲੇਬਲ ਨੇ, ਜਿਹੜਾ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਇਹਨਾਂ ਨੇ ਆਪਣਾ ਸ਼ੁਰੂ ਕੀਤਾ। ਨੈਕਸਟ ਜਿਹੜੀ ਸਟਾਲ ਲੱਗੀ ਹੈ ਹੋਮ ਸਾਇੰਸ ਦੀ ਸਟਾਲ ਆ, ਅਤੇ ਇੱਥੇ ਅਲੱਗ ਅਲੱਗ ਪ੍ਰੋਡਕਟ ਨੇ, ਕੇਕ, ਬਿਸਕੁਟ ਵਗੈਰਾ, ਇਹ ਸਾਰੇ ਇੱਥੇ ਅਵੇਲੇਬਲ ਨੇ। ਪ੍ਰੋਸੈਸਿੰਗ ਪਲਾਂਟ ਪਿੰਡ ਚਗਾਵਾਂ ਸਾਧਪੁਰ ਅੰਮ੍ਰਿਤਸਰ ਤੋਂ ਇਹ ਆਪਣੀ ਹਲਦੀ ਦੀ ਸਟਾਲ ਲਾਈ ਹੋਈ ਇਹਨਾਂ ਨੇ, ਹਲਦੀ ਲੈ ਕੇ ਪਹੁੰਚੇ ਨੇ ਇੱਥੇ ਕਿਸਾਨ ਮੇਲੇ ਦੇ ਵਿੱਚ। ਇਹ ਸੈਲਫ ਹੈਲਪ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਸ਼ਾਇਦ ਰੂਪੋਵਾਲ ਬ੍ਰਾਂਡ ਸ਼ਾਇਦ, ਨਾਲ ਇੱਥੇ ਹਲਦੀ ਵੀ ਅਵੇਲੇਬਲ ਹੈ। ਇਹ ਰੋਜ਼ ਸ਼ਰਬਤ, ਸਕੈਸ਼, ਅਚਾਰ ਵਗੈਰਾ ਸਾਰਾ ਇੱਥੇ ਇਸ ਸਟਾਈਲ 'ਤੇ ਅਵੇਲੇਬਲ ਨੇ। ਇਹ ਸੈਲਫ ਹੈਲਪ ਗਰੁੱਪ ਰੋੜਕਾ ਕਲਾਂ ਜਲੰਧਰ ਤੋਂ, ਇੱਥੇ ਹਲਦੀ, ਦਾਲਾਂ, ਸ਼ਹਿਦ ਔਰ ਅਲੱਗ ਅਲੱਗ ਤਰ੍ਹਾਂ ਦੇ ਅਚਾਰ ਇੱਥੇ ਅਵੇਲੇਬਲ ਨੇ। ਸਟਾਲ ਦੇ ਵਿੱਚ ਇਹ ਆਤਮਾ ਕਿਸਾਨ ਬਜ਼ਾਰ 'ਚ ਵੀ ਇਹਨਾਂ ਦੀ ਸਟਾਲ ਲੱਗਦੀ ਹੈ, ਅਤੇ ਇਹਨਾਂ ਸਟਾਲ ਵਿੱਚ ਅਲੱਗ ਅਲੱਗ ਮਸਾਲੇ, ਅਚਾਰ, ਬਾਜਰਾ, ਚੌਲ, ਦਾਲਾਂ ਅਤੇ ਅਲੱਗ ਅਲੱਗ ਤਰ੍ਹਾਂ ਦੇ ਅਚਾਰ
ਇਸ ਸਟਾਲ ਤੇ ਅਵੇਲੇਬਲ ਨੇ। ਅਗਲੀ ਸਟਾਲ ਚ ਵੀ ਅਚਾਰ ਪਿੰਡ ਸਹਿਜਾਦਪੁਰਾ ਕਲਾਂ ਪਟਿਆਲਾ ਤੋਂ ਇਸ ਸਟਾਲ 'ਤੇ ਵੀ ਅਲੱਗ ਅਲੱਗ ਤਰ੍ਹਾਂ ਦੇ ਅਚਾਰ ਅਵੇਲੇਬਲ ਨੇ। ਇਹ ਸੈਲਫ ਹੈਲਪ ਗਰੁੱਪ ਲੇਡੀਜ਼ ਦਾ ਬਣਿਆ ਹੋਇਆ, ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਆਪਣੇ ਕਿੱਤੇ ਸ਼ੁਰੂ ਕੀਤੇ ਹੋਏ ਆ, ਵਧੀਆ। ਅਤੇ ਇਸ ਸਟਾਲ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਅਚਾਰ, ਸ਼ਹਿਦ, ਹਲਦੀ, ਮਟਰ ਅਤੇ ਹੋਰ ਮਸਾਲੇ ਅਲੱਗ ਅਲੱਗ ਅਵੇਲੇਬਲ ਨੇ। ਅਤੇ ਇੱਥੇ ਇਸ ਆਤਮਾ ਕਿਸਾਨ ਬਾਜ਼ਾਰ ਜਿਹੜਾ ਯੂਨੀਵਰਸਿਟੀ ਚੀਫ ਖੇਤੀਬਾੜੀ ਦਫ਼ਤਰ ਲੱਗਦਾ, ਉੱਥੇ ਹਰ ਐਤਵਾਰ ਨੂੰ ਵੀ ਉੱਥੇ ਸਟਾਲ ਲੱਗਦੀ ਆ ਅਤੇ ਸਾਰੇ ਰੇਟ ਨੇ ਇਸ ਸਟਾਲ ਦੇ। ਇਹ ਪੰਜਾਬ ਨੇਟਿਵ ਸੀਡ ਗਰੋਵਰ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਇਹਨਾਂ ਨੇ ਆਪਣੇ ਪ੍ਰੋਡਕਟ ਸ਼ੁਰੂ ਕੀਤੇ ਹੋਏ ਆ। ਅਤੇ ਇੱਥੇ ਇਹਨਾਂ ਦੇ ਪ੍ਰੋਡਕਟ ਸ਼ੱਕਰ ਨਾਲ ਕੁਕੀਜ਼ ਵੀ ਆ ਇਹਨਾਂ ਦੇ, ਠੀਕ ਹੈ ਜੀ। ਇਹ ਬਾਘਾ ਪੁਰਾਣਾ ਮੰਡੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੋਂ ਨੇ ਅਤੇ ਇਹਨਾਂ ਦੇ ਪਰਲ ਹਨੀ ਬ੍ਰਾਂਡ ਦਾ ਨਾਮ ਹੈ। ਇਹ ਸਾਡੇ ਕੋਲ ਸ਼ਹਿਦ ਦੇ ਨਾਰੀਅਲ ਦੇ ਪੇੜੇ ਜੀ, ਵਿੱਚ ਕੋਈ ਖੰਡ ਨਹੀਂ, ਕੋਈ ਖੋਵਾ ਨਹੀਂ ਜੀ, ਕੋਈ ਘਿਓ ਨਹੀਂ ਜੀ, ਤਲੇ ਹੋਏ ਨਹੀਂ, ਸਿਰਫ ਸ਼ਹਿਦ ਅਤੇ ਨਾਰੀਅਲ ਤੋਂ ਤਿਆਰ ਕੀਤੇ ਹੋਏ ਆ। ਇਹ ਇੱਕ ਮਹੀਨਾ ਰੱਖ ਲਓ, ਇਹਦੀ ਮਤਲਬ ਖਰਾਬ ਨਹੀਂ ਹੋਣਗੇ, ਕੋਈ ਇਹ 'ਚ ਪ੍ਰਜਰਵੇਟ ਨਹੀਂ ਹੈ ਜੀ, ਬਿਲਕੁਲ ਸ਼ੁੱਧ ਜਿਹੜੀ ਚੀਜ਼ ਅਸੀਂ ਤਿਆਰ ਕੀਤੀ ਆ। ਬਾਜ਼ਾਰ ਦੇ ਵਿੱਚ ਇੰਨਾ ਨਕਲੀ ਖੋਆ ਮਿਲ ਰਿਹਾ ਸਾਨੂੰ, ਉਹਦਾ ਬਦਲ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਇਸ ਤਰ੍ਹਾਂ ਅਸੀਂ ਸ਼ਹਿਦ ਦੀ ਗੁਲਕੰਦ ਤਿਆਰ ਕੀਤੀ ਆ, ਜਿਹਦੇ ਵਿੱਚ ਮਤਲਬ ਸੌਂਫ, ਕਾਜੂ, ਮਗਜ ਅਤੇ ਗੁਲਾਬ ਦੇ ਫੁੱਲ ਸ਼ਹਿਦ ਵਿੱਚ ਅਸੀਂ ਤਿਆਰ ਕੀਤੇ ਜੀ। ਇਸ ਤਰ੍ਹਾਂ ਹੀ ਅਸੀਂ ਮਤਲਬ ਡਰਾਈ ਫਰੂਟ, ਹਨੀ ਡਰਾਈ ਫਰੂਟ ਆ ਜਿਹੜਾ ਉਹ ਤਿਆਰ ਕੀਤਾ ਜੀ ਅਸੀਂ। ਇਹਦੇ ਵਿੱਚ ਬੱਚਿਆਂ ਨੂੰ ਸਿਹਤ ਲਈ ਬਹੁਤ ਚੰਗੀ ਗੱਲ ਆ, ਜੇ ਅਸੀਂ ਜਿਹੜਾ ਡਰਾਈ ਫਰੂਟ ਨੂੰ ਸ਼ਹਿਦ ਵਿੱਚ ਮਿਲਾ ਕੇ ਖਾਈਏ ਮਤਲਬ ਬਹੁਤ ਵਧੀਆ। ਇਹਦੇ ਨਾਲ ਹੀ ਅਸੀਂ ਮਰਿੰਗਾ ਅਚਾਰ ਆ ਜਿਹੜਾ ਜੀ ਤੁੱਕਿਆਂ ਦਾ ਅਚਾਰ ਜਿਹਨੂੰ ਅਸੀਂ ਭੁੱਲ ਚੁੱਕੇ ਹਾਂ, ਸਾਡੀ ਇਹ ਵਿਰਾਸਤ ਆ ਪੁਰਾਣੇ ਸਮੇਂ ਵਿੱਚ ਸਾਡੇ ਬਜ਼ੁਰਗ ਆ ਜਿਹੜਾ ਤੁੱਕਿਆਂ ਦਾ ਅਚਾਰ ਬਹੁਤ ਵੱਡੀ ਪੱਧਰ 'ਤੇ ਉਹ ਖਾਂਦੇ ਰਹੇ ਆ, ਉਹਨਾਂ ਨੂੰ ਸਿਹਤ ਯਾਬ। ਇਸ ਤਰ੍ਹਾਂ ਮਰਿੰਗਾ ਅਚਾਰ ਜਿਹਦੇ ਵਿੱਚ ਹਜ਼ਾਰਾਂ ਗੁਣਾ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਜਿਹਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਜੀ, ਹਜ਼ਾਰਾਂ ਬਿਮਾਰੀਆਂ ਦਾ ਤੋੜ ਮਰਿੰਗਾ ਅਚਾਰ ਉਹਦੇ ਵਿੱਚ ਅਸੀਂ ਜਿਹੜਾ ਮਤਲਬ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਆ। ਅਸੀਂ 10 ਸਾਲ ਤੋਂ ਲਗਭਗ ਜਿਹੜਾ ਮਰਿੰਗਾ ਅਚਾਰ ਆ ਉਹ ਅਸੀਂ ਤਿਆਰ ਕਰਦੇ ਹਾਂ ਜੀ, ਪਾਰੁਲ ਮੱਖੀ ਫਾਰਮ ਬਾਘਾ ਪਰੋੜ ਮੰਡੀ ਨਿਹਾਲ ਸਿੰਘ ਵਾਲਾ ਜੀ। ਅਤੇ ਸੰਧਿਆ ਸੈਲਫ ਹੈਲਪ ਗਰੁੱਪ ਪਿੰਡ ਮੈਲੀ ਦੀ ਸਟਾਲ ਆ ਅਤੇ ਇੱਥੇ ਸਟਾਲ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਅਚਾਰ ਅਵੇਲੇਬਲ ਨੇ, ਅਲੱਗ ਅਲੱਗ ਪ੍ਰੋਡਕਟ ਨੇ। ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਸੈਲਫ ਹੈਲਪ ਗਰੁੱਪ ਜਿਹੜੇ ਬਣੇ ਹੋਏ ਆ ਉਹਨਾਂ ਨੇ ਤਿਆਰ ਕੀਤੇ ਹੋਏ ਆ। ਡਿਸਟ੍ਰਿਕਟ ਹੁਸ਼ਿਆਰਪੁਰ ਬਲਾਕ ਮਾਲਪੁਰ ਤੋਂ ਨੇ ਸਟਾਲ, ਬੇਬੇ ਨਾਨਕੀ ਸੈਲਫ ਹੈਲਪ ਗਰੁੱਪ ਚੱਬੇਵਾਲ ਤੋਂ ਆ। ਅਤੇ ਇਹਨਾਂ ਦੇ ਸਟਾਲ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਅਚਾਰ ਨਾਲ ਸ਼ੱਕਰ ਇਹ ਜਿਹੜੀ ਨੈਕਸਟ ਸਟਾਲ ਆ ਇਹ ਵਚਨ ਜਿਹੜੀ FPO ਬਣੀ ਹੋਈ ਆ, ਵਚਨ FPO ਕਿਸਾਨਾਂ ਨੂੰ ਜੋੜ ਕੇ ਸ਼ੁਰੂ ਕੀਤੀ ਗਈ ਆ। ਅਤੇ ਇਹ ਵਚਨ ਜਿਹੜੀ ਇਸ ਰੂਰਲ ਮਾਰਟ ਆ ਇਹਨਾਂ ਦੀ ਯੂਨੀਵਰਸਿਟੀ ਦੇ ਹਰ ਰੋਜ਼ ਸਟਾਲ ਲੱਗਦੀ ਆ, ਜਿਸਦਾ ਰੋਜ਼ਾਨਾ ਸਮਾਂ 10 ਵਜੇ ਤੋਂ 2 ਵਜੇ ਤੱਕ, ਸ਼ਾਮ 4 ਵਜੇ ਤੋਂ 7 ਵਜੇ। ਅਤੇ ਇੱਥੇ ਹਰ ਬੁੱਧਵਾਰ 4 ਵਜੇ ਤੋਂ 7 ਵਜੇ ਤੱਕ ਸਬਜ਼ੀਆਂ ਦਾ ਬਾਜ਼ਾਰ ਲੱਗਦਾ। ਅਤੇ ਬਚਨ ਵੱਲੋਂ ਅਲੱਗ ਅਲੱਗ ਪ੍ਰੋਡਕਟ ਤਿਆਰ ਕੀਤੇ ਗਏ ਨੇ। ਅਤੇ ਬਚਨ ਸਰ੍ਹੋਂ ਦਾ ਤੇਲ, ਅਲੱਗ ਅਲੱਗ ਹਲਦੀ, ਅਲੱਗ ਅਲੱਗ ਦਾਲਾਂ, ਅਲੱਗ ਅਲੱਗ ਪ੍ਰੋਡਕਟ। ਅੰਨਦਾਤਾ ਫੂਡਸ ਵੱਲੋਂ ਅਗਲੀ ਸਟਾਲ ਆ ਜਿਹੜੀ ਕ੍ਰਿਸ਼ੀ ਵਿਗਿਆਨ
ਤੋਂ ਸਿਖਲਾਈ ਲਈ ਹੋਈ ਆ। ਪਿੰਡ ਸਾਫੂ ਵਾਲਾ ਜ਼ਿਲ੍ਹਾ ਮੋਗਾ, ਇਹਨਾਂ ਦੀ ਪ੍ਰੋਡਕਟ ਅਲੱਗ ਅਲੱਗ ਦਾਲਾਂ, ਇਹਨਾਂ ਦੇ ਬ੍ਰਾਂਡ ਦਾ ਨਾਮ ਹੈਗਾ ਅੰਨਦਾਤਾ ਫੂਡਸ। ਨੈਕਸਟ ਆਲ ਵੀ ਆ ਐਗਰੋ ਪ੍ਰੋਡਕਟ ਵਿਲੇਜ ਮਿੱਥਰਾ ਡਿਸਟ੍ਰਿਕਟ ਜਲੰਧਰ ਤੋਂ ਆ। ਇੱਥੇ ਵੀ ਇਹਨਾਂ ਨੇ ਆਪਦਾ ਮਿਰਚਾਂ, ਹਲਦੀ, ਸ਼ਹਿਦ ਦਾ ਪ੍ਰੋਡਕਟ ਲੈ ਕੇ ਬੈਠੇ ਹੋਏ। ਚਾਹ ਮਸਾਲਾ ਅਤੇ ਅਲੱਗ ਅਲੱਗ ਮਸਾਲੇ ਨੇ ਇਹਨਾਂ ਦੇ, ਪਕੌੜੇ, ਹਲਦੀ, ਮਿਰਚਾਂ, ਅਲੱਗ ਅਲੱਗ ਦਾਲਾਂ, ਮਸਾਲੇ, ਸਰ੍ਹੋਂ ਦਾ ਤੇਲ ਇਹਨਾਂ ਦੀ ਸਟਾਲ 'ਤੇ ਅਵੇਲੇਬਲ ਆ। ਅਤੇ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਸੁਸਾਇਟੀ NGO ਆ। ਅਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਸੁਸਾਇਟੀ ਲੁਧਿਆਣੇ ਤੋਂ ਆ। ਅਤੇ ਇਹਨਾਂ ਦੀ ਸਟਾਲ 'ਤੇ ਹਲਦੀ, ਮਿਰਚ ਅਤੇ ਮਸਾਲੇ ਅਵੇਲੇਬਲ ਨੇ। ਅਗਲੀ ਸਟਾਲ ਫਰੈਸ਼ ਹਨੀ ਫਾਰਮ, ਇਹਨਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਸ਼ਹਿਦ ਨੇ। ਫਰੈਸ਼ ਹਨੀ ਫਾਰਮ ਮੈਂ ਸੈਲਫ ਹੈਲਪ ਗਰੁੱਪ ਦੀ ਆ, ਲੇਡੀਜ਼ ਸੈਲਫ ਹੈਲਪ ਗਰੁੱਪ ਇਹ। ਅਤੇ ਇਹਨਾਂ ਵੱਲੋਂ ਅਚਾਰ, ਹਲਦੀ, ਅਲੱਗ ਅਲੱਗ ਪ੍ਰੋਡਕਟ ਤਿਆਰ ਕੀਤੇ ਹੋਏ ਆ। ਅਤੇ ਯੂਨੀਵਰਸਿਟੀ ਜਾਂ ਕਿਸਾਨ ਮੇਲੇ 'ਤੇ ਸਟਾਲ ਲੱਗੀ ਇਹਨਾਂ ਦੀ, ਵਿਗਿਆਨ ਕੇਂਦਰ ਅੰਮ੍ਰਿਤਸਰ ਤੋਂ ਆ। ਅਤੇ ਇੱਥੇ ਵੀ ਅਲੱਗ ਅਲੱਗ ਮਸਾਲੇ, ਚਾਹ ਮਸਾਲਾ, ਲੱਸੀ ਮਸਾਲਾ, ਫਰੂਟ ਚਾਟ ਮਸਾਲਾ, ਆਮਲਾ ਕੈਂਡੀ, ਆਮਲਾ ਚਟਨੀ ਇਸ ਸਟਾਲ 'ਤੇ ਅਵੇਲੇਬਲ ਹੈ। ਇਹ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਕੀਤਾ ਹੋਇਆ। ਅਗਲੀ ਸਟਾਲ ਆਈਲੈਕਸ ਸੈਲਫ ਹੈਲਪ ਗਰੁੱਪ ਪਿੰਡ ਦੇਟਾਲ ਦੀ ਹੈ। ਅਤੇ ਇਹਨਾਂ ਦੀ ਸਟਾਲ 'ਤੇ ਅਚਾਰ, ਮਿਰਚਾਂ, ਸ਼ਹਿਦ, ਅਲੱਗ ਅਲੱਗ ਤਰ੍ਹਾਂ ਦੇ ਅਚਾਰ, ਲੱਸੀ ਦਾ ਮਸਾਲਾ, ਆਪਣੇ ਕੋਲ ਜੀ ਅਚਾਰ, ਮੁਰੱਬੇ, ਚਟਣੀਆਂ, ਹਲਦੀ, ਸ਼ਹਿਦ ਇੱਕ ਮਾਰਕਾ ਘਰ ਦਾ। ਹਾਂਜੀ, ਆਪਣੇ ਫਾਰਮ ਦਾ ਸਾਰੇ ਪ੍ਰੋਡਕਟ ਆਪਣੇ ਹੋਮਮੇਡ ਘਰ ਦੇ ਪ੍ਰੋਡਕਟ ਤਿਆਰ ਕੀਤੇ ਹੋਏ ਨੇ। ਹਾਂਜੀ, ਗਰੁੱਪ ਠੱਠਗੜ੍ਹ ਤਰਨ ਤਾਰਨ ਤੋਂ ਆ। ਇਹ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਵੱਲੋਂ ਟ੍ਰੇਨਿੰਗ ਲੈ ਕੇ ਇਹਨਾਂ ਨੇ ਆਪਣੇ ਪ੍ਰੋਡਕਟ ਲੈ ਕੇ ਆਏ ਆ। ਇੱਥੇ ਇਹਨਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਅਚਾਰ ਇਸ ਸਟਾਲ 'ਤੇ ਅਵੇਲੇਬਲ ਨੇ। ਗਰੁੱਪ ਵਿਲੇਜ ਲਡਾਲ ਤੋਂ ਆ। ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਟ੍ਰੇਨਿੰਗ ਲੈ ਕੇ ਇਹਨਾਂ ਨੇ ਆਪਣਾ ਪ੍ਰੋਡਕਟ ਤਿਆਰ ਕੀਤੇ ਹੋਏ ਨੇ। ਲੇਡੀਜ਼ ਸੈਲਫ ਹੈਲਪ ਗਰੁੱਪ ਨੇ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਔਰਤਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ। ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਇਹ ਸਾਰੇ ਸੈਲਫ ਹੈਲਪ ਗਰੁੱਪ ਸ਼੍ਰੀ ਗੁਰੂ ਨਾਨਕ ਦੇਵ ਸੈਲਫ ਹੈਲਪ ਗਰੁੱਪ ਕੋਟਲਾ ਤੋਂ ਆ। ਕਿਰਤ ਫੁਲਕਾਰੀ ਸੰਸਾਰ ਪਿੰਡ ਜਾਲਾ ਜ਼ਿਲ੍ਹਾ ਪਟਿਆਲਾ ਦੀ ਸਟਾਲ ਹੈ। ਰੀਝਾਂ ਦੀ ਫੁਲਕਾਰੀ ਪਿੰਡ ਰੋੜਗੜ੍ਹ
ਪੀ ਏ ਯੂ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਪਟਿਆਲੇ ਵੱਲੋਂ ਟ੍ਰੇਨਿੰਗ ਲੈ ਕੇ ਸਾਰੀਆਂ ਸੈਲਫ ਹੈਲਪ ਗਰੁੱਪ ਲੇਡੀਜ਼ ਦੇ ਸਟਾਲਾਂ ਨੇ। ਇਹ ਸਟਾਲ 'ਤੇ ਜਿੱਦਾਂ ਚਾਰ ਹੋ ਗਏ ਜੀ, ਚਟਨੀਆਂ ਹੋ ਗਈਆਂ, ਮਸਾਲੇ ਹੋ ਗਏ ਜਿਹੜੇ ਸਾਡੇ ਸਪੈਸ਼ਲੀ ਨੇ, ਸਰਫ, ਫਰਨੈਲ, ਡਿਸ਼ਵਾਸ਼, ਇਹ ਅਸੀਂ ਖੁਦ ਆਪ ਪ੍ਰੋਡਕਟ ਸਾਰੇ ਜਿੰਨੇ ਬਣਾਉਂਦੇ ਹਾਂ ਅਸੀਂ ਆਪ ਬਣਾਉਂਦੇ ਹਾਂ। ਲੀਡਰ ਐਂਟਰਪ੍ਰੈਨਰ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਖੇੜੀ ਵੱਲੋਂ ਲੇਡੀਜ਼ ਦਾ ਸੈਲਫ ਹੈਲਪ ਗਰੁੱਪ ਚਲਾਇਆ ਜਾ ਰਿਹਾ ਅਤੇ ਉਹ ਆਪਣੇ ਪ੍ਰੋਡਕਟ ਲੈ ਕੇ ਆਏ ਨੇ। ਸਰ ਅੱਜ ਆਪਣੇ ਕੋਲ ਸਪੈਸ਼ਲ ਨਾਰੀਅਲ ਅਤੇ ਸ਼ਹਿਦ ਦੇ ਲੱਡੂ, ਜਿਵੇਂ ਗੁੜ ਦੇ ਅਤੇ ਸ਼ੱਕਰ ਦੇ ਬਿਸਕਿਟ ਹੋ ਗਏ ਅਤੇ ਗੁੜ ਦੇ ਸ਼ੱਕਰ ਬਾਰੇ ਸੇਵੀਆਂ ਵਗੈਰਾ ਨੇ ਸਰ। ਬਾਕੀ ਆਪਣਾ ਬੋਲਣ ਦਾ ਅਤੇ ਕੋਟਨ ਦਾ ਮਾਲ ਵੀ, ਬਿਸਕੁਟ ਵੀ ਹੈਗੇ ਨੇ ਜੀ ਸਾਡੇ ਲਵੇ ਅਤੇ ਸ਼ੱਕਰ ਵਾਲੀ ਟ੍ਰੇਨਿੰਗ ਲਈ ਕੇਵੀਕੇ ਨੂੰ। ਹਾਂਜੀ ਹਾਂ, ਇਹ ਕੇਵੀਕੇ ਸੰਗਰੂਰ ਖੇੜੀ ਤੋਂ ਲੈ ਕੇ। ਹਾਂਜੀ, ਮੋਨਿਕਾ ਮੈਡਮ ਸਾਡੇ ਟ੍ਰੇਨਰ ਨੇ ਜੀ। ਠੀਕ ਹੈ ਜੀ। ਹਾਂਜੀ ਸਰ, ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਲੇਡੀਜ਼ ਸਿਰਫ ਘਰ ਤੱਕ ਸੀਮਤ ਨਾ ਰਹਿਣ, ਬਾਹਰ ਨਿਕਲਣ, ਦੇਖਣ। ਅੱਜ ਸਰ ਸਾਨੂੰ ਪ੍ਰਾਈਜ਼ ਵੀ ਹੋਇਆ, ਸੈਕਿੰਡ ਪ੍ਰਾਈਜ਼, ਅਸੀਂ ਕੰਪੀਟੀਸ਼ਨ 'ਚ ਵੀ ਪਾਰਟੀਸਪੇਟ ਕੀਤਾ ਸੀ ਜੀ। ਹਾਂਜੀ, ਇਹ ਸਾਨੂੰ ਸੈਕਿੰਡ ਪ੍ਰਾਈਜ਼ ਮਿਲਿਆ ਜੀ। ਹਾਂਜੀ, ਇਹ ਅਸੀਂ ਪਾਰਟੀਸਪੇਟ ਕੀਤਾ ਸੀ ਲੇਡੀਜ਼ ਨੂੰ। ਹਰ ਇੱਕ ਨੂੰ ਬਾਹਰ ਆ ਕੇ ਕੰਮ ਕਰਨਾ ਚਾਹੀਦਾ, ਦੇਖਣਾ ਚਾਹੀਦਾ, ਦੂਜਿਆਂ ਨੂੰ ਵੀ ਦੇਖਣ ਅਤੇ ਉਹਨਾਂ ਨੂੰ ਆਪਾਂ ਬਹੁਤ ਸਿੱਖਿਆ ਮਿਲਦੀ ਹੈ ਸਰ। ਪਹਿਲਾਂ ਅਸੀਂ ਵੀ ਇਸੇ ਤਰ੍ਹਾਂ ਦੇਖਣ ਆਏ ਸੀ ਅਤੇ ਮੈਡਮ ਤੋਂ ਅਸੀਂ ਪ੍ਰਭਾਵਿਤ ਹੋ ਕੇ ਉਹਨਾਂ ਦੀਆਂ ਗੱਲਾਂ ਤੋਂ ਫਿਰ ਅਸੀਂ ਕੰਮ ਸਟਾਰਟ ਕਰਿਆ। ਸਾਡੇ ਘਰ ਵਿੱਚ ਵੀ, ਮੇਲਿਆਂ ਵਿੱਚ ਵੀ, ਹਰ ਸੰਡੇ ਸੰਗਰੂਰ ਆਤਮਾ ਕਿਸਾਨ ਬਾਜ਼ਾਰ ਲੱਗਦੇ, ਉੱਥੇ ਵੀ ਬਹੁਤ ਵਧੀਆ ਸੇਲ ਹੋ ਰਹੀ ਹੈ। ਅਸੀਂ ਪੂਰੇ ਆਪਣੇ ਪੈਰਾਂ 'ਤੇ ਖੜ੍ਹੇ ਹਾਂ। ਹਾਂਜੀ ਹਾਂਜੀ।